हेलो एंड वेलकम गाइस, कमे आई होप तुसी सारे कैंट होवोगे। ते गाइस आपां ही पूरे कैंट आ। ते गाइस अज आपां लैके आउणे सीगे ट्रैक्टर वास्ते रूट्स दे हारन। ते आपां हारन लैण चलदे आ। तीन जोड़ियां लैणियां पैणियां, छे हारन लैणे पैणे आ। ते लाइटां लूटां वी लवांगे उप्पर घुमाउण वालियां, लिआउण लाइटां फलाना ढौंका सारा समान लिआउणा अज। ते हारन आपां देखदे आ जिहड़े रूट्स दे ही आ यार मेन तां। ते बाकी लाइटां लूटां देखदे आ किहड़ियां उप्पर लावांगे। चलिए फिर चलो गाइस, पहुंच गए सीगे आपां भाई थापर दी दुकान ते। ते हुण लैणे आ हारन, पहुंचदे आ आपां। ठीक है, ए की हिसाब किताब आ। होर बई जी कमे सारे जणे, सैट कम आपां हारन लैणे यार। देखदे ने बा, ठीक आ। ओ वेला ढेर लाए भाई, भाई कहिंदा जिन्ने मर्जी लै जा। चल वधिया, अगले कहिणगे कम धंदे वाले बंदे आ, हैना। हां, हत्थ च प्लास पलूस ही फड़े हुए आ। गाइस हारन देखदे आ आपां, लैणे हैगे आ छे हारन, हैना, तीन जोड़ियां। गाइस दो हारन आ गए, बाई कहिंदा चार हजे होर लैणा। एक एक डब्बे चैक की हुंदा, छे डब्बे। वाह वाह वाह, तां सिरा लग जाणा मुंडे। बाकी हजे इन्हां ते आपां बहुत कुछ करना। स्पिनर भी लावांगे स्टील दे ਇਹ ਉੱਪਰ। ਉਹ ਬਾਈ ਨੂੰ ਮੈਂ ਫੋਨ ਲਾਉਂਦਾ, ਉਹ ਮੈਨੂੰ ਕਹਿ ਦਿੰਦੇ ਆ ਕਿ ਨਵਾਂ ਡਿਜ਼ਾਈਨ ਸਾਡੇ ਵਾਸਤੇ ਜਿਹੜਾ ਕਿਸੇ ਦਿਨ ਬਣਾਇਆ ਹੋਵੇ। ਬਾਕੀ ਨਿਓਨ ਲਾਈਟ ਘੁਮਾਵਾਂਗੇ ਸਾਈਡ ਤੇ, ਹਨਾ, ਰੈੱਡ। ਗਾਈਸ ਆਹ ਦੇਖੋ ਕਿਵੇਂ ਨਿਓਨ ਲਾਈਟਾਂ ਵੀ ਤੁਸੀਂ ਬਾਈ ਕੋਲ ਲਿਜਾ ਕੇ ਆਪਦੇ ਡਿਜ਼ਾਈਨ ਡਿਊਨ ਕਰਨੇ ਹੁਣ। ਕਿਵੇਂ ਆਪਾਂ ਹਾਰਨਾਂ ਦੇ ਉੱਤੇ ਲਾਉਣੀਆਂ, ਹਨਾ, ਉਵੇਂ ਲਾ ਸਕਦੇ ਤੁਸੀਂ, ਹਨਾ ਬਾਈ। ਕਿਵੇਂ ਮਰਜ਼ੀ ਆ, ਨਾਂ ਨੂੰ ਬੰਦਾ ਲਿਖ ਲਵੇ, ਇਹਦੇ ਨਾਲ ਹੀ ਲਿਖਿਆ ਤੂੰ ਕਿਹੜਾ, ਹਨਾ। ਥੱਲੇ ਉਹ ਲਾਤੀ ਫੈਬਰਿਕ ਉੱਤੇ ਜੀ, ਘੈਂਟ ਲੱਗਦਾ ਕੰਮ। ਇਹ ਰੂਮ 'ਚ ਲੱਗਾ ਹੋਵੇ, ਹਨਾ ਯਾਰ। ਜੇ ਕਿਸੇ ਨੇ ਬਣਵਾਉਣਾ ਹੋਵੇ ਐਂ ਵੀ ਬਣਾ ਦੇਗਾ ਨਾਨੂ ਵਾਲਾ। ਬਸ ਠੀਕ ਆ ਮੁੰਡਿਓ, ਬਾਈ ਦਾ ਮੈਂ ਇੱਥੇ ਤੁਹਾਨੂੰ ਨੰਬਰ ਦੇ ਦਿੰਦਾ। ਅਤੇ ਬਾਈ ਦੀ ਆਈ ਡੀ ਹੈਗੀ ਆ ਥਾਪਰ ਗ੍ਰਾਫਿਕਸ, ਜਾ ਕੇ ਫੋਲੋ ਕਰ ਲਓ। ਜਿੰਨੇ ਵੀ ਆਹ ਰੂਮ 'ਚ ਲਾਉਣਾ ਜਾਂ ਟਰੈਕਟਰ 'ਤੇ ਲਾਉਣਾ ਜਾਂ ਗੱਡੀ ਦੇ ਵਿੱਚ, ਹਨਾ, ਛੋਟਾ ਜਿਹਾ ਵੀ ਲਮਕਾਉਣਾ ਬਣਾ ਕੇ, ਇਕੱਲਾ ਗਿੱਲ ਗੁੱਲ, ਹਨਾ। ਹਾਂ, ਸਾਰੇ ਜਗਨ ਵਾਲੇ ਬਣ ਜਾਣਗੇ। ਸ਼ੀਸ਼ੇ ਦੇ ਥੱਲੇ ਨਹੀਂ ਹੁੰਦਾ ਗਾਇਸ ਯਾਰ, ਜਿੱਥੇ ਆਪਾਂ ਓਟ ਜਾਂ ਖੰਡਾ ਲਾਉਂਦੇ ਹੁੰਦੇ ਹਾਂ ਉੱਥੇ ਇਕੱਲਾ ਗਿੱਲ ਲਿਖਣਾ ਹੋਵੇ ਜਾਂ ਕੋਈ ਵੀ ਗੋਤ ਛੋਟਾ ਮੋਟਾ ਲਿਖਣਾ ਹੋਵੇ, ਐਂ ਤੁਸੀਂ ਲਾ ਸਕਦੇ ਹਾਂ। ਅਤੇ ਬਾਈ ਨੂੰ ਕਰ ਲਓ ਕਨੈਕਟ, ਠੀਕ ਹੈ। ਗਾਇਸ ਬੋਰੀ ਭਰ ਲੈ ਬਾਈ ਹਾਰਨਾਂ ਦੀ, ਕਹਿੰਦੇ ਦੀਵਾਲੀ ਵੇਲੇ ਨਹੀਂ ਪਟਾਕਿਆਂ ਦੀ ਲਿਆਉਂਦੇ ਹੁੰਦੇ ਭਰ ਕੇ। ਹਾਂ, ਉਹ ਮਾਰਦੇ ਚਮਕਾ ਮੁੰਡੇ, ਦੱਸੋ ਫਿਰ ਸਿਰਾ ਲੱਗਦੇ, ਹੈ ਨਾ। ਜੇ ਇੰਨੇ ਲਾਉਣੇ ਹੁਣ, ਦੋ ਚਾਰ ਛੇ ਦੋ ਅੱਠ ਲਾਉਣੇ ਹੁਣ, ਅੱਠ ਨਾ, ਇੰਨਾ ਥਾਂ ਹੈ ਨਹੀਂ, ਅੱਠ ਲਾ ਦੇ ਸਿਰਾ ਬਾਬਿਓ, ਸਿਰਾ ਸੱਟਾ ਕੰਮ। ਦੋ ਤਿੰਨ ਚਾਰ ਪੰਜ ਛੇ, ਆਪਣੇ ਛੇ ਚਾਹੀਦੇ ਆਪਾਂ। ਚੱਕ ਮੁੰਡੇ ਡੱਬੇ 'ਚ ਪਾ ਲੈਂਦੇ। ਅਤੇ ਹੁਣ ਆਪਾਂ ਦੇਖਦੇ ਹਾਂ ਲਾਈਟ ਜਿਹੜੀ ਉੱਪਰ ਘੁਮਾਉਣ ਵਾਲੀ ਆ, ਨਿਓਨ ਲਾਈਟ। ਲਾਈਟਾਂ ਵੀ ਘੈਂਟ ਆ, ਪੂਰੀ ਭਰ ਗਈ ਹਾਰਨ ਨਾਲ। ਲਾਈਟ ਜੀ ਵੀ ਲਿਆਈ ਖਾ ਬਾਈ, ਵੀ ਘੈਂਟ ਆ, ਬਹੁਤ ਘੁੰਮ ਜੂ ਸਾਰੇ ਹਾਰਨਾਂ 'ਤੇ ਕਿ ਘੱਟੂ ਜਗਾ ਕੇ ਦੇਖੀ। ਇਹ ਨਾਲੇ ਕੱਟਣੀ ਕੁੱਟਣੀ ਕਵੇਂ ਕੀ ਹਿਸਾਬ ਕਿਤਾਬ, ਉਹ ਵੀ ਦੱਸ ਦੀ ਮਾੜੇ, ਨਾਲੇ ਜਗਾ ਕੇ ਦੇਖ ਲਈਏ, ਹਨਾ। ਅੱਛਾ, ਟਾਂਕ ਲੱਗੇ ਨੀ, ਐਂ ਘੁਮਾਉਣੀ ਆ ਮੁੰਡਿਓ। ਅੱਛਾ, ਕੱਟ ਆ, ਠੀਕ ਆ। ਬਟ ਓਕੇ ਆ, ਵੀਹ ਇੰਚ, ਦੋ ਤਿੰਨ ਚਾਰ ਪੰਜ ਛੇ ਜਮਾਂ ਪੂਰੀ ਹੋਈ ਆ, ਵੱਧ ਹੀ ਪੂਰਾ, ਬਸ ਠੀਕ ਆ, ਵੱਧ ਹੀ ਰਹਿੰਦੇ, ਕਈ ਵਾਰੀ ਹੋਰ ਕਿਸੇ ਪਾਸੇ ਲਾ ਦਾਂਗੇ। ਬਾਕੀ ਹੁਣ ਆਪਾਂ ਛੱਤਰੀ ਵੀ ਡਾਊਨ ਸੀਲਿੰਗ ਕਰਨੀ ਗਾਈਸ ਦੁਬਾਰਾ, ਉਹਦੇ ਵਾਸਤੇ ਵੀ ਲਾਈਟਾਂ ਲੂਟਾਂ ਤਾਂ ਆਪਾਂ ਨੂੰ ਵਾਹਵਾ ਹੀ ਚਾਹੀਦੀਆਂ। ਕਿਹੜਾ ਡਿਜ਼ਾਇਨ ਚੈੱਕ ਕਰ ਲਈਏ ਕਿੱਦਾਂ ਦਾ ਬਣਾਵਾਂਗੇ, ਫਿਰ ਉਹ ਜੇ ਹਿਸਾਬ ਨਾਲ ਡਿਜ਼ਾਇਨ ਦੇ ਹਿਸਾਬ ਨਾਲ ਆਪਾਂ ਲਾਈਟਾਂ ਲੈ ਕੇ ਜਾਵਾਂਗੇ ਬਾਈ। ਗਾਈਸ ਘਰੇ ਆ ਗਏ ਸੀਗੇ ਚਾਚੇ ਕੋਲੇ। ਚਾਚਾ ਕਿਵੇਂ ਸੈੱਟ ਆ? ਗਾਈਸ ਚਾਚਾ ਨਾ ਦੋ ਤਿੰਨ ਦਿਨ ਹੋ ਗਏ ਬੀਜੀ ਸੀਗਾ, ਬੈੱਡ ਬਣਾਈ ਜਾਂਦਾ ਵਾ। ਅਤੇ ਆਪਾਂ ਹਾਰਨ ਲਿਆਂਦੇ ਆ, ਕਿਹੜਾ ਹਾਰਨ ਕੱਢ ਕੇ ਦੇਖ ਲਈਏ। ਉਦੋਂ ਬਾਅਦ ਨਾ ਆਪਾਂ ਸਪੈਂਡਲਾਂ ਦਾ ਕੰਮ ਕਰਾ ਕੇ ਲਿਆਉਣਾ। ਇਹ ਜਿਹੜੇ ਮਾੜੇ ਮੋਟੇ ਟਾਇਰ ਵੀਂਗੇ ਜਮਾਂ ਸਿੱਧੇ ਕਰਾ ਕੇ ਲਿਆਉਣੇ ਆ, ਠੀਕ ਆ, ਸਪੈਂਡਲ ਸੈੱਟ ਕਰਾ ਕੇ ਲਿਆਉਂਦੇ ਹਾਂ। ਜੇ ਨਵੇਂ ਪੈਂਦੇ ਹੋਏ ਨਵੇਂ ਪਾ ਦਾਂਗੇ, ਜੇ ਹੋਰ ਵੀ ਕੁਛ ਹੁੰਦਾ ਹੋਇਆ ਉਹ ਕਰਾ ਦਾਂਗੇ। ਅਤੇ ਹੁਣ ਲੈ ਕੇ ਚੱਲਦੇ ਟਰੈਕਟਰ ਨੂੰ ਆਪਾਂ, ਵਾਗੇ ਪੁਰਾਣੇ।
ਗਾਈ ਸੌਣ ਚੱਲੇ ਸੀਗੇ ਬਾਗੇ ਪੁਰਾਣੇ ਤੇ ਚਲੋ ਫਿਰ ਹਨਾ ਚੱਲਦੇ ਆ ਕਿਉਂ ਮਾਰਦਾ ਚਿੜੀਆਂ ਗਾਈਸ ਟਰੈਕਟਰ ਲੈ ਕੇ ਆ ਗਏ ਸੀਗੇ ਆਪਾਂ ਬਾਈ ਦੀ ਦੁਕਾਨ ਤੇ ਤੇ ਬਾਈ ਜਸਪ੍ਰੀਤ ਸਿੰਘ ਤੇ ਬਾਈ ਕਹਿੰਦਾ ਨਾ ਚਾਹ ਚੂ ਪੀ ਲਈਏ ਉਦੋਂ ਬਾਅਦ ਆਪਾਂ ਖੋਲਦੇ ਹਾਂ ਕਿ ਚੱਕਰ ਕੀ ਆ ਟਰੈਕਟਰ ਦੇਖੋ ਇੱਧਰ ਕਿਵੇਂ ਖੋਲੇ ਪਏ ਹੋਏ ਚਾਹ ਖੋਲ ਕੇ ਕਿਵੇਂ ਲੱਗਦਾ ਕਹਿੰਦਾ ਜਮਾ ਹੀ ਖੋਲਦਾ ਪਤੰਦਰਾਂ ਨੇ ਆਹ ਵੇਖੋ ਕੰਮ ਬਾਈਆਂ ਦਾ ਇੱਕ ਨੰਬਰ ਆ ਯਾਰ ਸਾਰਾ ਏ ਟੂ ਜੈਡ ਕੰਮ ਕਰਦੇ ਆ ਕੱਲੀ ਕੱਲੀ ਚੀਜ਼ ਖੋਲ ਦਿੰਦੇ ਆ ਵੇਖ ਲਓ ਕਰਾਰੇ ਕੋਲੋਂ ਦੇ ਬਦਲਾਉਣੇ ਹੁਣ ਉਹ ਵੀ ਬਦਲ ਦਿੰਦੇ ਆ ਘੈਂਟਾ ਕੰਮ ਮੇਰੇ ਵੀਰੇ ਉਹ ਜਮਾ ਘੈਂਟਾ ਭਰਾ ਆਸ਼ਾ ਫਟਕ 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 ਘੈਂਟਾ ਨਾ ਕੰਮ ਮੁੰਡੇ ਗਾਈਸ ਅੰਦਰ ਲਾਤਾ ਟਰੈਕਟਰ ਬਾਈ ਦੀ ਵਰਕਸ਼ਾਪ 'ਚ ਅਤੇ ਹੁਣ ਦੇਖਦੇ ਬਾਈ ਕਹਿੰਦਾ ਯਾਰ ਨਾ ਇਹਦੀ ਐਲ ਗੀ ਵਿੰਗੀ ਆ ਕਿਵੇਂ ਸਪੈਂਡਲ ਤਾਂ ਸਹੀ ਪਿਆ ਵਾ ਬਾਕੀ ਹੁਣ ਬਾਈ ਦੇਖੂਗਾ ਖੋਲ੍ਹ ਕੇ ਆ ਮਿਸਤਰੀ ਦਾ ਕੰਮ ਮਿਸਤਰੀ ਨੂੰ ਪਤਾ ਅਤੇ ਬਾਕੀ ਆ ਹਾਰਨ ਵੀ ਆਪਾਂ ਥੋੜ੍ਹੇ ਦਿਨਾਂ ਤੱਕ ਚੱਲਦੇ ਕਰਦੇ ਹਾਂ ਅਤੇ ਇਹਦੇ ਮੂਹਰੇ ਵੀ ਹੁਣ ਜਿਹੜੇ ਅੱਜ ਹਾਰਨ ਲਿਆਉਂਦੇ ਉਹ ਕੱਲ੍ਹ ਨੂੰ ਜਾਂ ਪਰਸੋਂ ਲਾਵਾਂਗੇ ਠੀਕ ਹੈ ਜਿੱਦਣ ਟਾਈਮ ਲੱਗ ਗਿਆ ਹੁਣ ਦੇਖਦੇ ਕੀ ਬਣਦਾ ਜਦੋਂ ਕਿਉਂ ਸਹੀ ਲਿਖਿਆ ਨਾ ਦੇਖ ਕੇ ਕਈਆਂ ਦੇ ਮਿਰਚ ਲੜੀਆਂ ਮੁੰਡੋ ਚਲੋ ਕੋਈ ਗੱਲ ਨਹੀਂ ਮਿਰਚਾਂ ਤਾਂ ਲੜਦੀਆਂ ਹੀ ਰਹਿਣੀਆਂ ਲੜਦੀਆਂ ਹੀ ਰਹਿਣੀਆਂ ਜਿੱਥੋਂ ਦੀ ਨੰਗ ਦੇਣਾ ਕਈ ਤਾਂ ਕਹਿੰਦੇ ਆ ਕਿ ਹਾਂ ਬਾਈ ਯਾਰ ਆਪਣਾ ਡਾਇਨਾਸੌਰ ਜਾਂਦਾ ਇਹ ਐਂ ਨਹੀਂ ਕਹਿੰਦੇ ਲੱਕੀ ਦਾ ਕਹਿੰਦੇ ਹਾਂ ਬਾਈ ਸਾਡਾ ਆਪਦਾ ਅਤੇ ਕਈ ਕਈਆਂ ਦੇ ਤਾਂ ਕਿਸੇ ਦੇ ਫਿਰ ਦੰਦਲਾਂ ਹੀ ਪੈ ਜਾਂਦੀਆਂ ਮੇਰੇ ਵੀਰੇ ਉਹ ਕਿ ਨਹੀਂ ਬਾਈ ਗਾਈਸ ਟਾਇਰ ਖੋਲ੍ਹਤਾ ਬਾਈ ਨੇ ਅਤੇ ਜੈਕ ਵੀ ਲਾ ਲਿਆ ਸੀਗਾ ਹੁਣ ਬਾਈ ਦੇਖੂਗਾ ਕਿ ਚੱਕਰ ਕੀ ਹੈ ਇਹਨੂੰ ਕਿਵੇਂ ਐਲ ਗੀ ਵਿੰਗੀ ਆ ਜਾਂ ਸਪੈਂਡਲ ਵਿੰਗਾ ਫਿਰ ਉਹ ਜਿਹੇ ਹਿਸਾਬ ਨਾਲ ਆਪਾਂ ਇਹਦਾ ਕੰਮ ਕਰਾਂਗੇ ਖੋਲ੍ਹਤੇ ਮੁੰਡੇ ਹੁਣ ਨਟ ਨੁਟ ਆਪਾਂ ਸਾਰੇ ਕਹਿੰਦੇ ਮੇਰੇ ਵੀਰੇ ਉਹ ਕੋਈ ਛੱਡਿਆ ਨਹੀਂ ਟਰੈਕਟਰ ਦਾ ਕਿਹੜਾ ਨਟ ਖੋਲ੍ਹਣਾ ਨਾ ਹੋਵੇ ਸਹੀ ਹੈ ਕਿ ਨਹੀਂ ਕੁਛ ਨਹੀਂ ਯਾਰ ਕੋਈ ਫਾਇਦਾ ਨਹੀਂ ਗਾਈਸ ਪੰਗੇ ਲੈਣ ਦਾ ਐਵੇਂ ਟਰੈਕਟਰ ਭੰਨਣ ਦਾ ਇਹ ਆਪਾਂ ਕਹਿ ਰਹੇ ਹਾਂ ਆਹ ਕੀ ਹੋ ਗਿਆ ਕਾਹਤੋਂ ਖੋਲ੍ਹਤਾ ਕੀ ਚੱਕਰ ਪੈ ਗਿਆ ਮੁੰਡਿਓ ਹੈ ਬਾਈ ਗਾਈਸ ਇਹਨਾਂ ਨੂੰ ਕਿਹਾ ਸੀ ਨਾ ਕਿ 6 ਸੈਂਡਵਿਚ ਚਾਹੀਦੇ ਕਹਿੰਦੇ ਮਤਲਬ 6 ਸਲਾਈਸ ਕਿਹਾ ਸੀਗਾ ਤੇ ਇਹਨਾਂ ਨੇ 6 ਸੈਂਡਵਿਚ ਹੀ ਕਰਤੇ ਬਾਈ ਧੱਕਾ ਨਹੀਂ ਹੋ ਗਿਆ ਉਹਨੇ ਇਕੱਲੇ ਆਹੀ ਲਿਆਂਦੇ ਮੈਂ ਕਿਹਾ ਇੰਨੇ ਕਹਿੰਦਾ ਬਾਈ ਹਜੇ ਹੋਰ ਵੀ ਆਉਂਦੇ ਆ ਇੰਨੇ ਕਿਵੇਂ ਖਾਵਾਂਗੇ ਐਂ ਦੱਸੋ ਹੁਣ ਚੱਕ ਲੋ ਬਾਈ ਪਲੇਟ ਜੀ ਗੱਲ ਕੀ ਆ ਹਾਂ ਐਂ ਹੋ ਸਕਦਾ ਆਹ ਤਾਂ ਬਾਲੇ ਹੋ ਗਏ ਹੁਣ ਸਾਡੇ ਕੋਲ ਨਾ ਦੂਜਾ ਪਹੁੰਚ ਚੁੱਕਿਆ ਇਹਦੇ ਢਿੱਡ ਨੀ ਇਹਦੇ ਟੋਹੇ ਆ ਜੌਂਡੀਅਰ ਦੇਖੀ ਜਾਵੇ ਆਪਾਂ ਬਣਦਾ ਕੀ ਆ ਬਾਈ ਨਾਲ ਅੱਜ ਗੱਲ ਕਰ ਚੋਣੀ ਮਿਸਤਰੀ ਨਾਲ ਤੇ ਜੇ ਕੰਮ ਹੋ ਗਿਆ ਸੈੱਟ ਫੇਰ ਤੁਹਾਨੂੰ ਖੋਲ ਕੇ ਦਿਖਾਵਾਂਗੇ ਕਿ ਪੁਰਜੇ ਕਿਹੋ ਜਿਹੇ ਹੁੰਦੇ ਆ ਕਿਵੇਂ ਜਾਇਆ ਕਰੂ ਆਏ ਐ ਜਾਇਆ ਤਾਂ ਜੌਂਡੀਅਰ ਤਾਂ ਇਹ ਟ੍ਰੇਨ ਨੂੰ ਵੀ ਕਹਿੰਦਾ ਕਰੂ ਪਿੱਛੇ ਹੋ ਜਾ ਤੂੰ ਕੌਣ ਹੈ ਸਿਰਫ 365 ਰੁਪਈਆਂ ਦੇ ਵਿੱਚ ਆ ਦੇਖ ਲੋ ਪੜ੍ਹ ਲਓ ਸਾਰਾ ਕੁਛ ਤੇ ਇੱਥੇ ਨੰਬਰ ਦਿੱਤਾ ਵਾ ਬਾਈ ਆਹ ਗਾਈਸ ਨੰਬਰ ਆ ਠੀਕ ਆ ਤੁਸੀਂ ਲੱਕੀ ਡਰਾ ਪਾ ਸਕਦੇ ਹੋ ਆਹ ਵਾਲਾ ਨੰਬਰ ਆ ਦੋਨੇ ਨੰਬਰ ਤੇ ਸਿਰਫ ਹੀ 365 ਰੁਪਈਆਂ ਦੇ ਵਿੱਚ ਬਾਈ ਨੇ ਕੱਢਣੇ ਦੀਵਾਲੀ ਵਾਲੇ ਦਿਨ ਹਨਾ ਬਾਈ ਬਸ ਠੀਕ ਆ ਤੇ ਬਾਈ ਲੱਕੀ ਡਰਾਅ ਨਾ ਇੱਕ ਤਾਂ ਫੋੜ ਦੇਣਾ ਵਾ ਇੱਕ ਆ ਜੀਪ ਇਹਦਾ ਵੱਡੇ ਹੋ ਗਏ ਬਾਕੀ ਆ ਤੁਸੀਂ ਦੇਖ ਲਓ ਆਈਫੋਨ 13 12 25 ਨਾਮ ਆ ਟੋਟਲ ਤੇ ਜਿੰਨੇ ਵੀ ਆਹ ਡਰਾਅ ਪਾਉਣਾ ਤੇ ਬਾਈ ਦਾ ਨੰਬਰ ਮੈਂ ਤੁਹਾਨੂੰ ਦੇਤਾ ਪਾ ਦਿਓ ਤੇ ਪਤੰਦਰੋ ਇੰਨਾ 365 ਰੁਪਈਆਂ ਜੇ ਤੁਸੀਂ ਜੀਪ ਜਾ ਸਕਦੇ ਹੋਰ ਕੀ ਚਾਹੀਦਾ ਯਾਰ ਮੈਂ ਤਾਂ ਆਪ ਪਾ ਕੇ ਮੈਂ ਤਾਂ 2-3 ਪਾ ਕੇ ਜਾਊਂਗਾ ਇਹ ਬੰਦਾ ਪਾ ਸਕਦਾ ਇੱਕ 2-3 ਮੈਂ ਤਾਂ ਜੇ ਆ ਨਿਕਲੇ ਮੈਂ ਤਾਂ ਬਾਗਲ 'ਚ ਗੇੜੇ ਹੀ ਕੱਢੀ ਜਾਇਆ ਕਰੂੰ ਮਚਾ ਦੂੰਗਾ ਸਹੀ ਗੱਲ ਆ ਤੇ ਗਾਈਸ ਤੁਸੀਂ ਵੀ ਦੇਖ ਲਓ ਨੰਬਰ ਆ ਬਾਈ ਨਾਲ ਕਨੈਕਟ ਕਰ ਲਓ ਸਿਰਫ ਹੀ ਆ ਵੇਖ ਲਓ 365 ਰੁਪਈਆਂ ਦੀ ਇੱਕ ਟਿਕਟ ਆ ਠੀਕ ਆ ਮੁੰਡਿਓ ਗਾਈਸ ਘਰੇ ਆ ਗਏ ਸੀਗੇ ਤੇ ਟਰੈਕਟਰ ਦਾ ਨਾ ਕੀ ਕਹਿੰਦੇ ਹੁੰਦੇ ਆ ਆਪਾਂ ਐਲਗੀਆਂ ਬਾਹਰ ਕਢਾਈਆਂ ਸੀਗੀਆਂ ਸਪੈਂਡਲ ਵਾਲੀਆਂ ਤੁਹਾਨੂੰ ਵੀ ਦਿਖਾਇਆ ਸੀਗਾ ਵਲੌਗ ਦੇ ਵਿੱਚ
ਪਰ ਪਤਾ ਕੀ ਹੋਇਆ ਬਾਈ ਜਿਹੜਾ ਮਿਸਤਰੀ ਸੀਗਾ ਉਹਨੂੰ ਘਰੇ ਥੋੜੀ ਪ੍ਰੋਬਲਮ ਪੈ ਗਈ, ਕੰਮ ਪੈ ਗਿਆ ਸੀਗਾ, ਇਸੇ ਕਰਕੇ ਉਹ ਫਿਰ ਜਾ ਵੜਿਆ ਘਰੇ। ਤੇ ਬਾਈ ਕਹਿੰਦਾ ਜੇ ਤੁਸੀਂ ਟਰੈਕਟਰ ਲਿਆਉਣਾ ਤਾਂ ਘਰੇ ਲੈ ਜਾਓ, ਨਹੀਂ ਫਿਰ ਇੱਥੇ ਛੱਡ ਜਾਓ। ਮੈਂ ਕਿਹਾ ਫਿਰ ਘਰੇ ਲੈ ਜਾਂਦੇ ਆ, ਉਹ ਬਾਈ ਕੋਲੇ ਚੱਲਾਂਗੇ ਆਪਾਂ ਫਿਰ ਕਿਸੇ ਦਿਨ, ਠੀਕ ਆ। ਤੇ ਗਾਈਸ ਹੁਣ ਆਪਾਂ 4-5 ਦਿਨਾਂ ਤੱਕ ਚੱਲਾਂਗੇ, ਟਰੈਕਟਰ ਦੀਆਂ ਐਲਗੀਆਂ ਜਾਂ ਕੱਲ ਨੂੰ ਦੇਖ ਲਾਂਗੇ, ਜੇ ਕੱਲ ਨੂੰ ਫ੍ਰੀ ਹੋਏ ਤਾਂ ਕੱਲ ਨੂੰ, ਜੇ ਕੱਲ ਨੂੰ ਕਿਸੇ ਪਾਸੇ ਜਾਣਾ ਪੈ ਗਿਆ ਫਿਰ ਆਪਾਂ ਪਰਸੋਂ ਕੰਮ ਕਰਾ ਦਾਂਗੇ ਐਲਗੀਆਂ। ਸਭ ਤੋਂ ਪਹਿਲਾਂ ਕਰਾਉਂਦੇ ਆ ਐਲਗੀਆਂ ਦਾ ਕੰਮ, ਜਿਹੜੇ ਟਾਇਰ ਥੋੜੇ ਮੋਟੇ ਵਿੰਗੇ ਟੇਢੇ, ਠੀਕ ਆ। ਉਦੋਂ ਬਾਅਦ ਆਪਾਂ 2 ਫੁੱਟ ਟਾਇਰ ਚਾੜ ਦਾਂਗੇ, ਫਿਰ ਆਪਾਂ ਹਾਰਨ ਕਿਹੜੇ ਅੱਜ ਲਿਆਂਦੇ ਆ ਹਾਰਨ ਲਾਵਾਂਗੇ, ਫਿਰ ਯੂ ਪੈਪ ਲਾਵਾਂਗੇ, ਫਿਰ ਐਂਪ ਦਾ ਕੰਮ ਵੀ ਸਟਾਰਟ ਕਰਾਂਗੇ, ਕੰਮ ਬਹੁਤ ਆ। ਤੇ ਬਾਕੀ ਸਾਰਾ ਕੁਛ ਓਕੇ ਰਿਪੋਰਟ ਆ। ਆ ਯਾਰ ਜੇ ਘੁੰਮਦਾ ਹੀ ਰਿਹਾ ਘਰੇ, ਕੋਈ ਜਗਾੜ ਕਰ ਲਈਏ, ਮੋਟਰ ਮੋਟਰ ਲੱਗੀ ਹੋਵੇ ਕਿ ਐਂ ਘੁੰਮੀ ਜਾਵੇ, ਹੈ ਨਾ, ਉਵੇਂ ਵਧੀਆ ਲੱਗੂਗਾ। ਬਾਕੀ ਦੇਖਾਂਗੇ, ਊਂ ਤਾਂ ਹੁਣ ਵਧੀਆ ਕਹਿੰਦਾ ਮਤਲਬ ਵਧੀਆ ਘੁੰਮਣ ਲੱਗ ਗਿਆ। ਹਾਂ ਬਾਈ ਦਿਨ ਚੜਾ ਦਾ ਕਿ ਨਹੀਂ, ਦੇਖੋ ਲੈਟ ਨੇ ਸਿਰਾ ਕਰਾਤਾ। ਤੇ ਬਾਈ ਹੁਣੇ ਆਏ ਸੀਗੇ ਇੰਟਰਵਿਊ ਕਰਨ, ਤੇ ਬਾਕੀ ਤੁਹਾਨੂੰ ਮੈਂ ਬਾਈ ਦੇ ਚੈਨਲ ਦਾ ਵੀ ਲਿੰਕ ਦੇ ਦੂੰਗਾ, ਠੀਕ ਆ ਗਾਈਜ਼। ਬਾਕੀ ਨਾਂ ਦੱਸ ਦਿੰਦੇ ਬਾਈ ਦੇ ਚੈਨਲ ਦਾ, ਬਾਈਆਂ ਦਾ ਚੈਨਲ ਹੈਗਾ ਨਵਾਂ, ਤੇ ਜਾ ਕੇ ਫੁੱਲ ਸਪੋਰਟ ਕਰਿਓ ਮੁੰਡਿਓ। ਤੇ ਘੈਂਟ ਘੈਂਟ ਜਵਾਬ, ਤੇ ਇਧਰੋਂ ਸਵਾਲ ਹੋਣਗੇ, ਹੈ ਨਾ, ਸਵਾਲ ਜਵਾਬ ਪੂਰੇ ਘੈਂਟ ਤੱਤੇ ਤੱਤੇ ਆਉਣਗੇ, ਦੇਖੀ ਜਾਇਓ, ਟੈਨਸ਼ਨ ਨਾ ਲਓ, ਰਿਪਲਾਈ ਸਾਰੇ ਹੇਟਰਾਂ ਦੇ ਕੀਤੇ ਜਾਣਗੇ ਮੁੰਡਿਓ। ਲੈ ਬਈ ਆ ਵੀਰ ਆਪਣੇ ਆਏ ਸੀ ਇੰਟਰਵਿਊ ਕਰਨ ਆਪਣੇ ਡਾਇਨਾਸੌਰ ਦੀ, ਸਹੀ ਗੱਲ ਆ ਬਾਈ। ਪਹਿਲੀ ਇੰਟਰਵਿਊ ਨਾ ਬਾਈਆਂ ਦਾ ਮੈਂ ਤੁਹਾਨੂੰ ਲਿੰਕ ਦਊਂਗਾ, ਠੀਕ ਆ, ਕਮਿਊਨਿਟੀ ਪੋਸਟ ਪਾਊਂਗਾ ਜਿੱਦਣ ਬਾਈਆਂ ਨੇ ਪਾਈ, ਤੇ ਜਾ ਕੇ ਮੁੰਡਿਓ ਅੱਗ ਲਾ ਦਿਓ ਕਮੈਂਟਾਂ ਦੇ ਵਿੱਚ ਵੀ, ਤੇ ਲਾਈਕਾਂ ਵਾਲੇ ਵੀ ਤੇ ਸ਼ੇਅਰ ਵਾਲੇ ਵੀ, ਜੇ ਬਗੜ ਦੋ ਮੈਂ ਕਹਿੰਦਾ ਯਾਰ ਸਰ ਜ਼ਰੂਰ ਲਿਖਿਓ। ਹਾਂ ਲੱਗ ਜੇ ਪਤਾ ਯਾਰ, ਖੁੱਤੀ ਪਾ ਦਿਓ, ਖੁੱਤੀ ਪਾ ਦਿਓ, ਮਗਰ ਖੁੱਤੀ 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 ਪਾ ਦਿਓ ਮੁੰਡੇ। ਚਰਨੀ ਚਕਾਉਂਦੇ ਮਾਰਨਾ ਮਨਜੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰੇ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ, ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣਕਹਿਲੀ, ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ, ਮੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ, ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।